ਅਸੀਂ ਆਪਣੇ ਕਿਸੇ ਕੰਮ ਆਏ ਸਾਂ ਜੀ ਸ਼ਹਿਰ ਤੋਂ, ਮੈਂ ਅਤੇ ਮੇਰਾ ਬੇਟਾ ਸਈਦ ਅਬੂ ਜ਼ਰ ਬੁਖਾਰੀ। ਖੇਤ ਨਜ਼ਰ ਆਏ ਨਾ ਤਾਂ ਅਸੀਂ ਰੁਕ ਗਏ ਹਾਂ। ਕੀ ਨਾਂ ਤੁਹਾਡਾ ਬਜ਼ੁਰਗ? ਸਦੀਕ ਸਾਹਿਬ। ਅੱਛਾ, ਇਹ ਕਿਹੜੀ ਜਗ੍ਹਾ ਹੈਗੀ ਹੈ? ਨਹੀਂ, ਇਹ ਇਲਾਕੇ ਦਾ ਕੀ ਨਾਂ ਹੈ? ਇਲਾਕਾ ਜਿਹੜਾ ਨਾ, ਅੱਛਾ ਬੇਰੀ ਵਿੱਚ। ਬੇਰੀ, ਹਾਂ ਬੇਰੀ। ਅੱਛਾ, ਇਹ ਕਿਹੜਾ ਗੋਂਦਲ ਰੋਡ ਹੈ? ਗੋਂਦਲ ਰੋਡ ਆ ਸਾਹਮਣਾ, ਗੋਂਦਲ ਰੋਡ ਜਾ ਰਿਹਾ ਤੇ ਗੋਂਦਲ ਕਿੰਨਾ ਹੈ ਇੱਥੇ ਨਜ਼ਦੀਕ? ਇੱਥੋਂ ਤਾਂ 4 ਕਮੀਲ ਹੈ। ਅੱਛਾ, ਤੇ ਉਸ ਤੋਂ ਅੱਗੇ ਕੀ ਹੈ? ਉੱਥੇ ਅੱਗੇ ਬੰਨ ਆ ਜਾਂਦਾ ਉਹ ਜਿਹੜਾ ਚਪਰਾੜ ਕਿਹੜਾ? ਚਪਰਾੜ ਉਸ ਸਾਈਡ 'ਤੇ, ਅਤੇ ਬੰਨ ਜਿਹੜਾ ਵੇ ਉਸ ਤੋਂ ਅੱਗੇ ਫਿਰ ਉਹ ਬਜਵਾਤ ਵਾਲਾ ਬੰਨ। ਹਾਂਜੀ ਹਾਂਜੀ, ਖੱਬੇ ਹੱਥ ਹਡਮਰਾਲਾ ਅਤੇ ਸੱਜੇ ਹੱਥ ਬਜਵਾਤ। ਅੱਛਾ, ਚਲੋ ਕਿਸੇ ਵਕਤ ਉੱਧਰ ਵੀ। ਇਹ ਕੀ ਉਗਾ ਰਹੇ ਹੋ? ਕਣਕ। ਕਣਕ? ਅੱਛਾ, ਹੁਣ ਅੱਗੋਂ ਕਾਹਦਾ ਕਾਹਦਾ ਮੌਸਮ ਆ ਰਿਹਾ? ਹੁਣ ਮੌਸਮ ਆਉਣਾ ਨਾ ਅੱਗੋਂ ਫਿਰ ਮੁੰਜੀ ਦਾ ਆਉਣਾ ਵੱਡ ਕੇ। ਅੱਛਾ, ਇਹਦੇ ਬਾਅਦ ਮੁੰਜੀ ਦੀ ਵਾਰੀ ਹੈ। ਹੁਣ ਇੱਥੇ ਕਿਸੇ ਜ਼ਮਾਨੇ ਸਾਰੇ ਖੇਤ ਹੀ ਖੇਤ ਸਨ, ਉਹ ਲੋਕਾਂ ਨੇ ਹੁਣ ਉਹ ਬਿਲਡਿੰਗਾਂ ਬਣਾ ਲਈਆਂ ਨੇ। ਅੱਛਾ, ਸਾਹਮਣੇ ਕਿਹੜਾ ਪਿੰਡ ਹੈਗਾ? ਸਾਹਮਣੇ ਜਿਹੜਾ ਨਾ, ਆਹੋ ਨਹੀਂ, ਕਿਹੜਾ ਕੀ ਨਾਂ ਲਿਆ ਜੇ? ਖੱਦਾ। ਖੱਦਾ? ਅੱਛਾ, ਅਤੇ ਇਹਦੇ ਨਾਲ ਹੀ ਅੱਗੇ ਬੇੜੀ ਆ ਜਾਂਦੀ। ਅੱਛਾ, ਖੱਦਾ ਅਤੇ ਬੇੜੀ ਇਕੱਠੇ ਹੀ। ਅੱਛਾ, ਅਤੇ ਆਪਣਾ ਟਿਊਬਵੈੱਲ ਆਇਆ ਤਾ ਜੀ, ਉਹ ਨਹਿਰਾਂ ਨੂਹਰਾਂ ਦਾ ਪਾਣੀ ਨਹੀਂ ਆਉਂਦਾ? ਨਹੀਂ। ਅੱਛਾ, ਅਤੇ ਇਹ ਮਸ਼ਰਕ ਵੱਲ ਕਿਹੜਾ ਹੈਗਾ ਜਿੱਧਰ ਮੇਰਾ ਹੁਣ ਕੈਮਰਾ ਹੈ? ਇੱਧਰ ਕਿਹੜਾ ਪਿੰਡ ਹੈ? ਉੱਧਰ ਵਿਸਾਲਪੁਰਾ। ਵਿਸਾਲਪੁਰਾ? ਹਾਂ। ਅੱਛਾ, ਅਤੇ ਇਸ ਜਗ੍ਹਾ ਦਾ ਕੀ ਨਾਮ ਦੱਸਿਆ ਜੀ? ਇਹਦਾ ਜਿੱਥੇ ਖੜ੍ਹੇ ਹਾਂ ਅਸੀਂ, ਇਹ ਬੇੜੀ। ਬੇੜੀ? ਅੱਛਾ, ਚਲੋ ਜੀ, ਖੁਸ਼ ਰਹੋ। ਇਹ ਸਬਜ਼ਾ ਦਰਾ ਛਲਕਾ ਸੀ ਨਜ਼ਰਾਂ ਨੂੰ, ਉਹ ਕਹਿੰਦੇ ਨਾ ਫਿਰ ਬਹਿ ਜਾਓ। ਨਹੀਂ ਬਸ, ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਖੁਸ਼ ਰਹੋ। ਬਸ ਐਦਰਾ 2-3 ਮਿੰਟ ਦੀ ਯਾਦਗਾਰ ਸਾਡੀ 'ਚ ਬਣ ਗਈ ਹੈ, ਫਿਰ ਇਨਸ਼ਾਅੱਲਾ ਕਦੀ। ਅੱਲਾਹ ਹਾਫਿਜ਼।